खेती कानून बेशक पंजाब लागू ना करने की कैप्टन सरकार दुहाई दे रही थी, पर हुण इसका असर पंजाब भी देखन लगा है। पंजाब सरकार ने एक फरमान जारी करके सारे किसानों जमीन का रिकॉर्ड एक पोर्टल से अपलोड करने के निर्देश दिए हैं। इस फरमान का किसानों ने गंभीर नोटिस लिया है कि आने वाले झोने के सीजन में किसानों को परेशान करने के लिए अजिहे फरमान जारी किए जा रहे हैं। किसानों ने दसा कि जो किसान अपनी फसल बेचेगा उसने अपनी जमीन की मालकी दिखानी होगी। इस दे नाल गरीब किसान परेशानी के आलम दे विच है, क्योंकि ज़्यादातर किसान पंजाब से जमीन ठेके अते हिस्से उत्ते लैके खेती करते हैं, वो अपनी जमीन का रिकॉर्ड कित्थों दिखाउंगे। इसलिए जेकर पंजाब सरकार ने अपना फैसला वापस नहीं लिया तो वह केंद्र के नाल ही पंजाब सरकार के खिलाफ भी अंदोलन खड़ा करनगे। ये जिहड़े हुक्म है सेंटर सरकार दीआं हदायतां हो सकदियां, पर कीतियां इह पंजाब सरकार ने कैप्टन अमरिंदर दी सरकार ने है। बकायदा मंडी बोर्ड नूं हदायतां कीतियां कि जिहड़े आउण वाले समें दे विच झोने की फसल जदों मंडियां दे विच लैके आउणी है वेचण लई, उदों किसानां नूं कहा गया है कि वह जमीन दीआं फरदां नाल लैके आउण, क्योंकि जिन्नी मतलब मालकी सौ होगी फर्द दे विच उहदे हिसाब नाल जिहड़ी झोने की खरीद करनी है। मान लो जे असीं 5 एकड़ की फसल मंडी 'च लिआए, फर्द ते जिहड़ी जमीन है वह मेरे नाल 2 किलिआं की हुई, तो 3 किलिआं की फसल है जिहड़ी उह खरीदनी, 2 दी उह खरीदनी आ। ਇਹ ਕਿਸਾਨਾਂ ਦੇ ਨਾਲ ਇੱਕ ਬਹੁਤ ਵੱਡਾ ਜਾਣੀ ਧੋਖਾ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਆ ਜਿਹੜੇ ਠੇਕੇ ਹਿੱਸਿਆਂ 'ਤੇ ਲੈ ਕੇ ਜਿਹੜੇ ਉਹ ਕਾਸ਼ਤ ਕਰਦੇ ਆ ਫਸਲਾਂ ਦੀ, ਤਾਂ ਫਿਰ ਜਿਹੜਾ ਉਹ ਫਰਦ ਲਹਾਉਣੀ ਹੈ ਤਾਂ ਉਹ ਕਿੱਥੋਂ ਲਹਾਊਗਾ, ਉਹ ਕਿੱਥੋਂ ਸਾਬਤ ਕਰੂਗਾ। ਪੰਜਾਬ ਸਰਕਾਰ ਨੇ ਬਹਾਨਾ ਇਹ ਲੱਭਿਆ ਕਿ ਬਾਹਰਲੇ ਸੂਬਿਆਂ ਦੇ ਵਿੱਚੋਂ ਫਸਲ ਖਰੀਦ ਕੇ ਵਪਾਰੀ ਪੰਜਾਬ 'ਚ ਵੇਚਦੇ ਆ, ਉਹਦੇ ਨਾਲ ਕਹਿੰਦੇ ਸਮੱਸਿਆ ਖੜੀ ਹੁੰਦੀ ਆ। ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਜੇ ਸਰਕਾਰ ਨੇ ਇਸ ਤਰ੍ਹਾਂ ਰੋਕਣੀ ਹੈ ਤਾਂ ਉਹ ਬਾਰਡਰਾਂ ਦੇ ਉੱਤੇ ਉਦੋਂ ਸੀਜਨ ਵੇਲੇ ਪਹਿਰਾ ਲਾ ਦੇ, ਉੱਥੇ ਰੋਕ ਲਈ ਜਾਵੇ। ਕਿਸਾਨਾਂ ਨੂੰ ਇਸ ਤਰ੍ਹਾਂ ਕਿਉਂ ਕੀਤਾ, ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਚੋਰ ਸਮਝਿਆ ਜਾ ਰਿਹਾ ਵੀ ਪਤਾ ਨਹੀਂ ਕਿੱਥੋਂ ਇਹ ਚੱਕ ਕੇ ਲਿਆ ਕੇ ਫਸਲ ਵੇਚਦੇ ਆ। ਸੋ ਅਸੀਂ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਹਾਂ, ਮੰਗ ਕਰਦੇ ਹਾਂ ਕਿ ਇਹ ਵਾਪਸ ਲਿਆ ਜਾਵੇ। ਜੇ ਨਾ ਸਰਕਾਰ ਨੇ ਇਹਦਾ ਫੈਸਲਾ ਵਾਪਸ ਲਿਆ ਤਾਂ ਮੋਦੀ ਸਰਕਾਰ ਦੇ ਖਿਲਾਫ਼ ਤਾਂ ਸੰਘਰਸ਼ ਚੱਲਦਾ ਹੀ ਚੱਲਦਾ ਹੈ, ਕਾਲੇ ਕਾਨੂੰਨਾਂ ਦੇ ਖਿਲਾਫ਼। ਤਾਂ ਇਸ ਮਸਲੇ 'ਤੇ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਵੀ ਕਿਸਾਨ ਘੇਰਨ ਤੋਂ ਗੁਰੇਜ਼ ਨਹੀਂ ਕਰਨਗੇ। ਜਿਹੜੀਆਂ ਸਰਕਾਰ ਸਾਥੋਂ ਫਰਦਾਂ ਲੈ ਰਹੀ ਹੈ, ਅਸੀਂ ਕੋਈ ਫਰਦ ਨਹੀਂ ਦੇਣੀ। ਅਸੀਂ ਡੰਡੇ ਨਾਲ ਝੋਨਾ ਵਿਕਾਉਣਾ ਹੈ, ਕਣਕ ਵਿਕਾਉਣੀ ਹੈ। ਅਸੀਂ 70-70 ਹਜ਼ਾਰ ਨੂੰ, 75-75 ਹਜ਼ਾਰ ਨੂੰ ਵਾਹਣ ਠੇਕੇ 'ਤੇ ਲੈ ਰੱਖੇ ਨੇ, ਅਤੇ ਸਾਡੇ ਆਪ 'ਚ ਭਰਾਵਾਰ ਜੰਗ ਚਲਾਉਣ ਦੀ ਸਕੀਮ ਸਰਕਾਰ ਨੇ ਚਲਾਈ ਹੈ, ਜਿਹਦੇ ਖਾਤਿਆਂ 'ਚ ਪੈਸੇ ਵਗੇ ਉਹ ਕਦ ਵਾਪਸ ਕਰਦਾ। ਫਿਰ ਉੱਥੇ ਘਰਾਂ 'ਚ ਪਿੰਡਾਂ 'ਚ ਡਾਂਗ ਸੁੱਟੇ ਹੋਣਗੇ ਲੋਕ। ਇਹ ਸਰਕਾਰ ਸਾਨੂੰ ਲੜਾ ਕੇ ਰਾਜੀ ਹੈ, ਇਹ ਇਹੋ ਜਿਹੇ ਕੰਮਾਂ ਤੋਂ ਬਾਂਝ ਆ ਜੇ। ਅਸੀਂ ਕੋਈ ਫਰਦਾਂ ਨਹੀਂ ਦੇਣੀਆਂ, ਅਸੀਂ ਡੰਡੇ ਨਾਲ ਝੋਨਾ ਪਕਾਵਾਂਗੇ, ਕਿਸੇ ਭਾਈ ਨੇ ਫਰਦ ਨਹੀਂ ਦੇਣੀ। ਜਿਹੜਾ 9 ਅਗਸਤ ਨੂੰ ਪੰਜਾਬ ਸਰਕਾਰ ਨੇ ਅਤੇ ਸੈਂਟਰ ਸਰਕਾਰ ਨੇ ਫਰਦਾਂ ਮੰਗੀਆਂ ਨੇ, ਮੈਂ ਤਾਂ ਬਸ ਸਿਰਫ ਇੱਕੋ ਹੀ ਬੇਨਤੀ ਕਰਦਾ ਸਾਰੇ ਕਿਸਾਨ ਵੀਰਾਂ ਨੂੰ, ਮਜ਼ਦੂਰਾਂ, ਵੀ ਆਪਾਂ ਕੋਈ ਫਰਦ ਨਹੀਂ ਦੇਣੀ। ਆਓ ਸਾਡੀ ਜਥੇਬੰਦੀ, ਕੋਈ ਜਥੇਬੰਦੀ ਵਿੱਚ ਆਓ, ਸਾਡੀ ਵਿੱਚ ਆਓ, ਹੋਰ ਵਿੱਚ ਆਓ, 32 ਜਥੇਬੰਦੀਆਂ ਨੇ, ਜਿਹਦੇ ਮਰਜ਼ੀ ਨਾਲ ਝੰਡਾ ਚੱਕੋ, ਪਰ ਆਪਾਂ ਫਰਦਾਂ ਨਹੀਂ ਦੇਣੀਆਂ। ਜੇ ਫਰਦਾਂ ਦਿੱਤੀਆਂ ਆਪਾਂ ਮਾਰ ਖਾ ਜਾਂਗੇ। ਅਸੀਂ ਤਾਂ ਇਹੀ ਬੇਨਤੀ ਕਰਦੇ, ਆਓ ਕਿਸਾਨਾਂ ਨਾਲ ਰਲੀਏ, ਕਿਸਾਨਾਂ ਨਾਲ ਰਲ ਕੇ ਤੁਸੀਂ ਆਪਾਂ ਫਰਦਾਂ ਨੂੰ ਬਿਲਕੁਲ ਨਹੀਂ ਦੇਣਾ, ਡੰਡੇ ਦੇ ਵਿੱਚ ਝੰਡਾ ਪਾ ਕੇ ਆਪਾਂ ਇਹ ਮੋਰਚੇ ਨੂੰ ਫਤਿਹ ਕਰੀਏ।